ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀ। ਤਾਂ ਇਸ ਵੇਲੇ ਦੀ ਬੇਹੱਦ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਡੇਰਾ ਬਿਆਸ ਦਾ ਨਵਾਂ ਮੁਖੀ ਦਾ ਐਲਾਨ ਕਰ ਦਿੱਤਾ ਗਿਆ। ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਵੱਲੋਂ ਨਵੇਂ ਮੁਖੀ ਦਾ ਐਲਾਨ ਕਰ ਦਿੱਤਾ ਗਿਆ। ਤਾਂ ਡੇਰਾ ਬਿਆਸ ਦੇ ਸ਼ਰਧਾਲੂਆਂ ਦੇ ਲਈ ਬਹੁਤ ਹੀ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਤਾਂ ਨਵੇਂ ਮੁਖੀ ਦਾ ਐਲਾਨ ਕਰ ਦਿੱਤਾ ਗਿਆ। ਜਸਦੀਪ ਸਿੰਘ ਗਿੱਲ ਉਹਨਾਂ ਨੂੰ ਨਵਾਂ ਮੁਖੀ ਐਲਾਨ ਕਰ ਦਿੱਤਾ ਗਿਆ ਅਤੇ ਅੱਜ ਤੋਂ ਹੀ ਆਪਣੀ ਸਾਰੀਆਂ ਜ਼ਿੰਮੇਵਾਰੀਆਂ ਸਾਂਭਣਗੇ ਜਸਦੀਪ ਸਿੰਘ ਗਿੱਲ। ਤਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਵੱਲੋਂ ਇਹ ਅਫੀਸ਼ੀਅਲੀ ਐਲਾਨ ਕਰ ਦਿੱਤਾ ਗਿਆ। ਬਹੁਤੀ ਜਾਣਕਾਰੀ ਲਈ ਸਾਡੇ ਨਾਲ ਸਾਡੇ ਸਹਿਯੋਗੀ ਗਗਨ ਜੁੜੇ ਨੇ। ਗਗਨ, ਕਿਵੇਂ ਦੇਖਦੇ ਹੋ, ਲੰਬੇ ਸਮੇਂ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੀਆਂ ਜ਼ਿੰਮੇਵਾਰੀਆਂ ਸਾਂਭਦੇ ਆ ਰਹੇ ਸੀਗੇ ਡੇਰਾ ਮੁਖੀ ਦੀਆਂ, ਅਤੇ ਹੁਣ ਡੇਰਾ ਮੁਖੀ ਚੇਂਜ ਕਰ ਦਿੱਤਾ, ਜਸਦੀਪ ਸਿੰਘ ਗਿੱਲ ਉਹਨਾਂ ਨੂੰ ਲਗਾ ਦਿੱਤਾ ਗਿਆ? ਬਿਲਕੁਲ, ਦੇਖੋ ਅਮਨਪ੍ਰੀਤ, ਇੱਕ ਵੱਡੀ ਖਬਰ ਜਿਹੜੀ ਇਹ ਡੇਰਾ ਰਾਧਾ ਸਵਾਮੀ ਦੇ ਨਾਲ ਜੁੜੇ ਹੋਏ ਸ਼ਰਧਾਲੂ ਹੈ ਉਹਨਾਂ ਵਾਸਤੇ ਹੈ, ਕਿਉਂਕਿ ਹੁਣ ਤੱਕ ਡੇਰਾ ਰਾਧਾ ਸਵਾਮੀ ਦੇ ਜਿੰਨੇ ਵੀ ਸ਼ਰਧਾਲੂ ਸੀ, ਜਿਹੜੇ ਉਹਨਾਂ ਨੂੰ ਮੰਨਦੇ ਸੀ, ਜਿਨ੍ਹਾਂ ਨੇ ਉਹਨਾਂ ਦਾ ਨਾਮ ਲਿੱਤਾ ਹੋਇਆ ਸੀ, ਉਹ ਬਾਬਾ ਗੁਰਿੰਦਰ ਸਿੰਘ ਹੋਣਾ ਨੂੰ ਹੀ ਫੋਲੋ ਕਰਦੇ ਸੀ, ਉਹਨਾਂ ਨੂੰ ਹੀ ਜੋ ਹੈ ਉਹਨਾਂ ਦੇ ਵੱਲੋਂ ਆਪਣਾ ਗੁਰੂ ਮੰਨਿਆ ਜਾਂਦਾ ਸੀਗਾ, ਆਪਣਾ ਪੈਟਰਨ ਮੰਨਿਆ ਜਾਂਦਾ ਸੀਗਾ। ਪਰ ਹੁਣ ਇੱਕੋ ਦਮ ਜਿਹੜਾ ਇਹ ਐਲਾਨ ਹੈ ਇਸਦਾ ਆਉਣਾ ਆਪਣੇ ਆਪ ਦੇ ਵਿੱਚ ਸੰਗਤਾਂ ਦੇ ਵਾਸਤੇ ਵੀ ਇੱਕ ਵੱਡਾ ਆਪਾਂ ਕਹਾਂਗੇ ਸਰਪ੍ਰਾਈਜ਼ ਹੋਵੇਗਾ, ਕਿਉਂਕਿ ਇਸ ਦੇ ਬਾਰੇ ਅਜੇ ਤੱਕ ਕੋਈ ਵੀ ਇਹੋ ਜਿਹੀ ਚਰਚਾ ਜਿਹੜੀ ਸੀ ਉਹ ਪਹਿਲਾਂ ਨਿਕਲ ਕੇ ਨਹੀਂ ਆਈ ਸੀਗੀ ਕਿ ਇਸ ਤਰੀਕੇ ਦੇ ਨਾਲ ਵੀ ਜੋ ਬਾਬਾ ਗੁਰਿੰਦਰ ਸਿੰਘ ਨੇ ਉਹ ਕਿਸੇ ਹੋਰ ਨੂੰ ਇਹ ਵੱਡੀ ਜ਼ਿੰਮੇਵਾਰੀ ਦੇ ਸਕਦੇ ਨੇ। ਬਾਬਾ ਗੁਰਿੰਦਰ ਸਿੰਘ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਬਾਬਾ ਗੁਰਿੰਦਰ ਸਿੰਘ ਉਹਨਾਂ ਨੂੰ ਹਜ਼ੂਰ ਮਹਾਰਾਜ ਜੀ ਦੇ ਵੱਲੋਂ ਜਿਹੜੀ ਸੀਗੀ ਇਹ ਗੱਦੀ ਦਿੱਤੀ ਗਈ ਸੀ, ਔਰ ਲੰਬੇ ਸਮੇਂ ਤੋਂ ਉਹ ਡੇਰਾ ਬਿਆਸ ਦੇ ਵਿੱਚ ਨਾਮਦਾਨ ਕਰਵਾ ਰਹੇ ਸੀ, ਲੰਬੇ ਸਮੇਂ ਤੋਂ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜੁੜੀਆਂ ਹੋਈਆਂ ਸੀ, ਔਰ ਇਕੱਲੇ ਪੰਜਾਬ ਹੀ ਨਹੀਂ, ਹਰਿਆਣਾ, ਹਿਮਾਚਲ, ਵੱਖ ਵੱਖ ਪੂਰੇ ਭਾਰਤ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਵਿੱਚ ਵੱਖ ਵੱਖ ਹਿੱਸਿਆਂ ਦੇ ਵਿੱਚ ਇਹਨਾਂ ਦੇ ਸਤਸੰਗ ਜਿਹੜੇ ਘਰ ਨੇ ਉਹ ਬਣੇ ਹੋਏ ਸੀਗੇ, ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਹੈ ਇਹਨਾਂ ਦੀ ਇੱਕ ਵੱਡੀ ਫੋਲੋਇੰਗ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਰਾਧਾ ਸਵਾਮੀਆਂ ਦਾ ਨਾਮ ਲਿੱਤਾ ਹੋਇਆ ਹੈ, ਔਰ ਉਹ ਇਹਨਾਂ ਨੂੰ ਮੰਨਦੇ ਨੇ। ਤਾਂ ਹੁਣ ਇਹ ਜ਼ਿੰਮੇਵਾਰੀ ਜਿਹੜੀ ਹੈ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਦਿੱਤੀ ਗਈ ਹੈ, ਜਿਹੜੇ ਕਿ ਸੁਖਦੇਵ ਸਿੰਘ ਗਿੱਲ ਉਹਨਾਂ ਦੇ ਪੁੱਤਰ ਨੇ। ਹਾਲਾਂਕਿ ਇਹ ਅਜੇ ਤੱਕ ਸਾਫ਼ ਨਹੀਂ ਹੋ ਪਾ ਰਿਹਾ, ਪਤਾ ਨਹੀਂ ਚੱਲ ਪਾ ਰਿਹਾ ਕਿ ਜਸਦੀਪ ਸਿੰਘ ਗਿੱਲ ਕੌਣ ਨੇ। ਅਮੂਮਨ ਇਹ ਗੱਲ ਤਾਂ ਬਿਲਕੁਲ ਤੈਅ ਹੋਵੇਗੀ, ਸਾਫ਼ ਹੋਵੇਗੀ ਕਿ ਜਸਦੀਪ ਸਿੰਘ ਗਿੱਲ ਡੇਰੇ ਦੇ ਨਾਲ ਹੀ ਜੁੜੇ ਹੋਣਗੇ, ਜਿਹੜੇ ਡੇਰੇ ਨੂੰ ਲੋਕ ਜਾਣਦੇ ਨੇ, ਜਿਹੜੇ ਡੇਰੇ ਦੇ ਵਿੱਚ ਕੰਮ ਕਰਦੇ ਨੇ ਜਾਂ ਜਿਹੜੇ ਡੇਰੇ ਦੇ ਕਰੀਬੀ ਨੇ, ਜਿਹੜੇ ਡੇਰੇ ਦੇ ਵਿੱਚ ਅਕਸਰ ਜਾਂਦੇ ਨੇ, ਉਹਨਾਂ ਨੂੰ ਸ਼ਾਇਦ ਪਤਾ ਹੋਵੇਗਾ ਕਿ ਜਸਦੀਪ ਸਿੰਘ ਗਿੱਲ ਕੌਣ ਨੇ ਔਰ ਉਹਨਾਂ ਦੀ ਕੀ ਉੱਥੇ ਪਹਿਲਾਂ ਡਿਊਟੀ ਲੱਗੀ ਹੋਈ ਸੀ। ਪਰ ਜੋ ਬਾਬਾ ਗੁਰਿੰਦਰ ਸਿੰਘ ਉਹਨਾਂ ਨੇ ਜਿਹੜੀ ਇਹ ਜ਼ਿੰਮੇਵਾਰੀ ਹੈ ਉਹ ਅੱਜ ਤੋਂ ਹੀ ਤੁਰੰਤ ਪ੍ਰਭਾਵ ਤੋਂ ਜਿਹੜੀ ਹੈ ਉਹ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਦੇ ਦਿੱਤੀ ਹੈ। ਹੁਣ ਜਸਦੀਪ ਸਿੰਘ ਗਿੱਲ ਉਹਨਾਂ ਦੀ ਕਿਹੜੀ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ, ਕੀ ਕਿਹੋ ਜਿਹੀ ਉਹਨਾਂ ਦੀ ਰੂਪ ਰੇਖਾ ਹੈ, ਅਜੇ ਤੱਕ ਕਿਸੇ ਨੂੰ ਇਸਦੇ ਬਾਰੇ ਜਾਣਕਾਰੀ ਨਹੀਂ ਹੈ। ਜਿਹੜੇ ਕੁਛ ਵਿਊਅਰ ਇਸ ਵੇਲੇ ਸਾਡੇ ਨਾਲ ਜੁੜੇ ਵੀ ਹੋਏ ਨੇ, ਜੇਕਰ ਉਹਨਾਂ ਨੂੰ ਵੀ ਕਿਸੇ ਨੂੰ ਪਤਾ ਹੋਵੇ ਤਾਂ ਅਸੀਂ ਕਹਾਂਗੇ ਕਮੈਂਟ ਬਾਕਸ ਦੇ ਵਿੱਚ ਉਹ ਵੀ ਜਾਣਕਾਰੀ ਜ਼ਰੂਰ ਸਾਂਝੀ ਕਰ ਸਕਦੇ ਨੇ। ਪਰ ਜਿਸ ਤਰੀਕੇ ਦੇ ਨਾਲ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਅੱਜ ਤੋਂ ਹੀ ਤੁਰੰਤ ਪ੍ਰਭਾਵ ਤੋਂ ਹੁਣ ਲਾਗੂ ਹੋ ਜਾਏਗੀ, ਔਰ ਨਾਲ ਇਹ ਵੀ ਕਿਹਾ ਗਿਆ ਕਿ ਬਾਬਾ ਗੁਰਿੰਦਰ ਸਿੰਘ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਇਹ ਵੀ ਅਥਾਰਿਟੀ ਉਹਨਾਂ ਨੂੰ ਦਿੰਦੇ ਨੇ, ਯਾਨੀ ਕਿ ਇਹ ਵੀ ਉਹਨਾਂ ਨੂੰ ਹੱਕ ਦਿੰਦੇ ਨੇ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਕਿ ਜਿਹੜਾ ਨਾਮਦਾਨ ਦਾ ਜਿਹੜਾ ਉਹਨਾਂ ਦਾ ਪ੍ਰੋਸੈਸ ਹੁੰਦਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਡੇਰੇ ਦੇ ਵਿੱਚ ਇੱਥੇ ਜਾਂਦੇ ਨੇ ਉਹ ਨਾਮ ਲੈ ਕੇ ਆਉਂਦੇ ਨੇ, ਨਾਮ ਸਿਮਰਨ ਹੁੰਦਾ, ਉਹਨਾਂ ਦਾ ਨਾਮ ਚਰਚਾ ਹੁੰਦੀ ਹੈ, ਜਿੰਨਾ ਕੁ ਅਸੀਂ ਜਾਣਦੇ ਹਾਂ, ਜਿੰਨਾ ਕੁ ਸਾਡੀ ਕੁਛ ਜਿਹੜੇ ਲੋਕ ਡੇਰੇ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ, ਤਾਂ ਉਹ ਦੱਸਦੇ ਹੁੰਦੇ ਨੇ ਕਿ ਜੇਕਰ ਕਿਸੇ ਨੇ ਰਾਧਾ ਸਵਾਮੀ ਸਤਸੰਗ ਘਰ ਦੇ ਵਿੱਚ ਨਾਮ ਲੈਣਾ ਤਾਂ ਉਹਨਾਂ ਨੂੰ ਨਾਮ ਦਿੱਤਾ ਜਾਂਦਾ ਹੈ, ਔਰ ਉਹਨਾਂ ਨੂੰ ਸੀਕ੍ਰੈਟਲੀ ਨਾਮ ਦਿੱਤਾ ਜਾਂਦਾ। ਤਾਂ ਉਹ ਹੁਣ ਇਹ ਜਿਹੜੀ ਪੂਰੀ ਪ੍ਰੋਸੈਸ ਹੋਊਗੀ ਉਹ ਜਸਦੀਪ ਸਿੰਘ ਗਿੱਲ
ਅੱਗੇ ਤੋਂ ਸਾਂਭਣ ਗਏ, ਯਾਨੀ ਕਿ ਇੱਕ ਤਰੀਕੇ ਦਾ, ਕਿਉਂਕਿ ਲੋਕਾਂ ਦਾ ਵਿਸ਼ਵਾਸ ਹੈ, ਲੋਕ ਉਹਨਾਂ ਨੂੰ ਆਪਣਾ ਜੋ ਹੈ ਉਹ ਰੱਬ ਮੰਨਦੇ ਨੇ, ਲੋਕਾਂ ਦੇ ਵੱਲੋਂ ਉਹਨਾਂ ਨੂੰ ਜਿਹੜਾ ਹੈ ਮੰਨਿਆ ਜਾਂਦਾ ਹੈ, ਲੋਕ ਉਹਨਾਂ ਨੂੰ ਫੋਲੋ ਕਰਦੇ ਨੇ। ਤਾਂ ਜੋ ਗੁਰਿੰਦਰ ਸਿੰਘ ਢਿੱਲੋਂ ਨੇ ਉਹ ਹੁਣ ਇਸ ਡਿਊਟੀ ਤੋਂ ਉਹਨਾਂ ਨੇ ਜਿਹੜਾ ਹੈ ਉਹ ਸੰਨਿਆਸ ਲੈ ਲਿਆ, ਔਰ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ, ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਤੋਂ ਹੀ ਜਿਹੜੀ ਇਹ ਤੁਰੰਤ ਪ੍ਰਭਾਵ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਹੈ ਜਸਦੀਪ ਸਿੰਘ ਗਿੱਲ ਉਹਨਾਂ ਦੀ ਸ਼ੁਰੂ ਹੋ ਚੁੱਕੀ ਹੈ, ਔਰ ਨਾਮ ਦੇਣ ਦਾ ਵੀ ਜਿਹੜਾ ਅਧਿਕਾਰ ਹੈ ਉਹ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਦਿੱਤਾ ਗਿਆ ਹੈ। ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਵੇਂ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਿਵੇਂ ਮੈਨੂੰ ਹਜ਼ੂਰ ਮਹਾਰਾਜ ਦੇ ਵੱਲੋਂ ਪਿਆਰ ਤੇ ਸਪੋਰਟ ਮਿਲੀ ਸੀ, ਉਸੇ ਤਰੀਕੇ ਦੇ ਨਾਲ ਕਹਿੰਦੇ ਮੇਰਾ ਵੀ ਪਿਆਰ ਤੇ ਮੇਰੀ ਸਪੋਰਟ ਜਿਹੜੀ ਹੈ ਉਹ ਜਸਦੀਪ ਸਿੰਘ ਗਿੱਲ ਉਹਨਾਂ ਦੇ ਵਾਸਤੇ ਰਹੂਗੀ, ਐਂਡ ਉਹਨਾਂ ਨੇ ਕਿਹਾ ਕਿ ਉਹ ਜਿਹੜੀ ਸੇਵਾ ਹੈ ਉਹ ਉਸੇ ਤਰੀਕੇ ਦੇ ਨਾਲ ਅੱਗੇ ਨਿਭਾਉਂਦੇ ਰਹਿਣਗੇ। ਔਰ ਨਾਲ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਸਦੀਪ ਸਿੰਘ ਗਿੱਲ ਉਹਨਾਂ ਦੇ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ। ਜਸਦੀਪ ਸਿੰਘ ਗਿੱਲ ਉਹਨਾਂ ਦਾ ਕੀ ਉੱਥੇ ਕੰਮ ਸੀ, ਕਿਵੇਂ ਦਾ ਉਹ ਉੱਥੇ ਡਿਊਟੀਆਂ ਨਿਭਾ ਰਹੇ ਸੀ ਡੇਰੇ ਦੇ ਵਿੱਚ, ਇਸ ਦੇ ਬਾਰੇ ਅਜੇ ਅਸੀਂ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਨਾਲ ਇੱਕ ਚੀਜ਼ ਅਮਨਪ੍ਰੀਤ ਇਹ ਵੀ ਗੱਲ ਹੈਗੀ ਕਿ ਕਿਉਂਕਿ ਪਿਛਲੇ ਕੁਛ ਲੰਬੇ ਸਮੇਂ ਤੋਂ ਜੋ ਡੇਰਾ ਬਿਆਸ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਇਹ ਬਿਮਾਰ ਵੀ ਚੱਲ ਰਹੇ ਸੀਗੇ, ਇਹਨਾਂ ਦਾ ਇਲਾਜ ਵੀ ਦੱਸਿਆ ਜਾ ਰਿਹਾ ਕਿ ਹੋ ਰਿਹਾ ਸੀ, ਜਿਹੜੇ ਇਲਾਜ ਵੀ ਸੀਗੇ ਸਿਹਤ ਵੱਲੋਂ ਜਿਹੜਾ ਹੈ ਉਹ ਨਾਸਾਜ ਥੋੜਾ ਰਹਿੰਦੇ ਸੀਗੇ। ਤਾਂ ਇਸ ਮੌਕੇ ਦੇ ਉੱਤੇ ਇਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ, ਔਰ ਇੱਕ ਆਪਣੇ ਚੱਲਦੇ ਟੈਨਿਓਰ ਨੂੰ ਜੋ ਹੈ ਉਹ ਇਹਨਾਂ ਨੇ ਖਤਮ ਕੀਤਾ ਹੈ, ਔਰ ਉਸ ਤੋਂ ਬਾਅਦ ਹੁਣ ਇਹ ਸੰਨਿਆਸ ਲੈ ਕੇ ਗੱਦੀ ਜਿਹੜੀ ਹੈ, ਖਾਸ ਤੌਰ ਦੇ ਉੱਤੇ ਜੇ ਆਪਾਂ ਗੱਦੀ ਦਾ ਇਸਤੇਮਾਲ ਕਰੀਏ ਸ਼ਬਦ ਦਾ, ਤਾਂ ਗੱਦੀ ਜਿਹੜੀ ਹੈ ਉਹਨਾਂ ਨੇ ਅੱਗੇ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਦੇ ਦਿੱਤੀ ਹੈ। ਤਾਂ ਨਵੇਂ ਉੱਤਰਾਧਿਕਾਰੀ ਜਿਹੜੇ ਨੇ ਉਹ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਦਿੱਤੀ ਹੈ, ਜ਼ਿੰਮੇਵਾਰੀ ਉਹਨਾਂ ਨੂੰ ਸੌਂਪਿਆ। ਔਰ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ ਕੁਛ ਦਿਨਾਂ ਦੇ ਵਿੱਚ ਅਸੀਂ ਵੇਖਿਆ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਜਾ ਕੇ ਮੁਲਾਕਾਤਾਂ ਕਰਦੇ ਨੇ, ਉੱਥੇ ਵੀ ਇਹਨਾਂ ਦੀ ਜਿਹੜੀ ਹੈ ਮੁਲਾਕਾਤ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਨਾਲ ਹੋਈ। ਪੀਐਮ ਜਦੋਂ ਪੰਜਾਬ ਫੇਰੀ ਦੇ ਉੱਤੇ ਆਉਂਦੇ ਨੇ ਤਾਂ ਉਦੋਂ ਖਾਸ ਤੌਰ ਦੇ ਉੱਤੇ ਬਿਆਸ ਡੇਰੇ ਦੇ ਵਿੱਚ ਜਾਂਦੇ ਨੇ, ਉੱਥੇ ਜਾ ਕੇ ਸਮਾਂ ਜਿਹੜਾ ਹੈ ਉਹਨਾਂ ਦੇ ਵੱਲੋਂ ਬਾਬਾ ਗੁਰਿੰਦਰ ਸਿੰਘ ਉਹਨਾਂ ਨਾਲ ਬਤੀਤ ਕੀਤਾ ਜਾਂਦਾ ਹੈ। ਤਾਂ ਅਕਸਰ ਅਸੀਂ ਵੇਖਿਆ ਕਿ ਕਿਸੇ ਵੀ ਹਲਕੇ ਦੇ ਵਿੱਚ ਚੋਣਾਂ ਹੋਣ, ਪੰਜਾਬ ਦੀਆਂ ਚੋਣਾਂ ਹੋਣ, ਕਿਉਂਕਿ ਡੇਰਾ ਫੈਕਟਰ ਪੰਜਾਬ ਦੇ ਵਿੱਚ ਬਹੁਤ ਹਾਵੀ ਹੈ, ਪੰਜਾਬ ਦੇ ਵਿੱਚ ਡੇਰਿਆਂ ਦਾ ਪ੍ਰਭਾਵ ਜਿਹੜਾ ਹੈ ਉਹ ਸਿਆਸੀ ਤੌਰ ਦੇ ਉੱਤੇ ਵੀ ਬਹੁਤ ਅਸਰ ਪਾਉਂਦਾ ਹੋਇਆ ਨਜ਼ਰ ਆਉਂਦਾ ਹੈ। ਤਾਂ ਪੰਜਾਬ ਦੇ ਵਿੱਚ ਡੇਰਾ ਫੈਕਟਰ ਜਿਹੜਾ ਹੈ ਉਹ ਅਕਸਰ ਕੰਮ ਕਰਦਾ ਹੈ, ਔਰ ਖਾਸ ਤੌਰ ਦੇ ਉੱਤੇ ਦੁਆਬੇ ਦੀ ਜੇਕਰ ਗੱਲ ਕਰੀਏ ਤਾਂ ਦੁਆਬੇ ਦੇ ਵਿੱਚ ਬਹੁਤ ਸਾਰੇ ਅਜਿਹੀਆਂ ਕੌਂਸਟੀਚੁਐਂਸੀਆਂ ਨੇ, ਅਜਿਹੇ ਹਲਕੇ ਨੇ ਜਿੱਥੇ ਡੇਰੇ ਦੇ ਬਹੁਤ ਸਾਰੇ ਸ਼ਰਧਾਲੂ ਨੇ। ਤਾਂ ਪਿਛਲੇ ਜੇ ਵੀ ਤੁਸੀਂ ਵੇਖਿਆ ਹੋਊਗਾ ਕਿ ਜਦੋਂ ਜਲੰਧਰ ਜ਼ਿਮਨੀ ਚੋਣ ਸੀ ਤਾਂ ਉਦੋਂ ਵੀ ਹਰੇਕ ਪਾਰਟੀ ਦਾ ਉਮੀਦਵਾਰ ਜਿਹੜਾ ਹੈ ਉਹ ਡੇਰਾ ਬਿਆਸ ਜਾ ਕੇ ਮੁਲਾਕਾਤ ਕਰਕੇ ਆਉਂਦਾ ਹੈ, ਜਾਂ ਫਿਰ ਪੰਜਾਬ ਭਰ ਦੇ ਵਿੱਚ ਵੀ, ਪੰਜਾਬ ਭਰ ਦੇ ਵਿੱਚ ਵੀ ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਹਰੇਕ ਪਾਰਟੀ ਦਾ ਜਿਹੜਾ ਲੀਡਰ ਹੈ ਉਹ ਡੇਰਾ ਬਿਆਸ ਦੇ ਵਿੱਚ ਜਾ ਕੇ ਮੁਲਾਕਾਤ ਕਰਦਾ ਹੈ, ਔਰ ਅਕਸਰ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਰਾਜ ਸਵਾਮੀ ਡੇਰੇ ਦੇ ਵਿੱਚ ਜਾ ਕੇ ਬਾਬਾ ਗੁਰਿੰਦਰ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਉਹਨਾਂ ਦਾ ਆਸ਼ੀਰਵਾਦ ਲਿੱਤਾ। ਤਾਂ ਹੁਣ ਇਹ ਮੁਲਾਕਾਤਾਂ ਅੱਗੇ ਤੋਂ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਤਾਂ ਚਲੋ ਹੋਣਗੀਆਂ ਹੀ ਹੋਣਗੀਆਂ, ਪਰ ਜਸਦੀਪ ਸਿੰਘ ਗਿੱਲ ਉਹਨਾਂ ਦੇ ਨਾਲ ਵੀ ਹੋਣਗੀਆਂ। ਜਸਦੀਪ ਸਿੰਘ ਗਿੱਲ ਉਹਨਾਂ ਦੀ ਕਿਹੋ ਜੀ ਕਾਰਜਗੁਜ਼ਾਰੀ ਰਹਿੰਦੀ ਹੈ, ਕਿਵੇਂ ਦਾ ਉਹਨਾਂ ਦਾ ਇਹ ਟੈਨਿਓਰ ਰਹਿੰਦਾ, ਕਿਵੇਂ ਉਹ ਸੰਗਤਾਂ ਦੇ ਨਾਲ ਕਨੈਕਟ ਕਰਦੇ ਨੇ, ਕਿਉਂਕਿ ਬਾਬਾ ਗੁਰਿੰਦਰ ਸਿੰਘ ਉਹਨਾਂ ਨੂੰ ਤਾਂ ਅਸੀਂ ਅਕਸਰ ਵੇਖਿਆ, ਇਹਨਾਂ ਦੇ ਵੀਡੀਓਜ਼ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਅਸੀਂ ਦੇਖਦੇ ਹੋਏ ਨਜ਼ਰ ਆਉਂਦੇ, ਸਾਨੂੰ ਨਜ਼ਰ ਆਉਂਦੀਆਂ ਨੇ ਵੀਡੀਓਜ਼, ਉਹ ਤਾਂ ਉਹਨਾਂ ਦਾ ਜਿਹੜਾ ਪ੍ਰਚਾਰ ਹੁੰਦਾ ਉਹ ਵੀ ਅਸੀਂ ਵੇਖਦੇ ਹਾਂ ਕਿ ਇੰਟਰਨੈਟ ਦੇ ਉੱਤੇ
ਕਈ ਵੀਡੀਓ ਜਿਹੜੀਆਂ ਉਹਨਾਂ ਦੀਆਂ ਵਾਇਰਲ ਵੀ ਹੁੰਦੀਆਂ ਹੋਏ ਨਜ਼ਰ ਆਉਂਦੀਆਂ ਨੇ ਸੰਗਤਾਂ ਉਹਨਾਂ ਨੂੰ, ਉਹਨਾਂ ਦੀਆਂ ਜਿਹੜੀਆਂ ਜਦੋਂ ਸ਼ਰਧਾਲੂ ਨੇ ਜਿਹੜੇ ਉਹਨਾਂ ਦੇ ਫੋਲੋਅਰਸ ਨੇ ਉਹਨਾਂ ਨੂੰ ਸ਼ੇਅਰ ਵੀ ਕਰਦੇ ਨੇ, ਤਾਂ ਜਸਦੀਪ ਸਿੰਘ ਗਿੱਲ ਉਹਨਾਂ ਦਾ ਕਿਹੋ ਜਿਹਾ ਇੱਕ ਔਰਾ ਹੋਊਗਾ, ਕਿਹੋ ਜਿਹੀ ਉਹਨਾਂ ਦੀ ਪਰਸਨੈਲਿਟੀ ਹੋਊਗੀ, ਇਸ ਨੂੰ ਲੈ ਕੇ ਇੱਕ ਬਹੁਤ ਵੱਡਾ ਸਸਪੈਂਸ ਹੈ, ਕਿਉਂਕਿ ਉਹਨਾਂ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਹੀ ਇੱਕ ਛਵੀ ਜਿਹੜੀ ਹੈ ਉਹ ਜਸਦੀਪ ਸਿੰਘ ਗਿੱਲ ਉਹਨਾਂ ਦੇ ਵਿੱਚੋਂ ਵੇਖਣੀ ਹੈ, ਤਾਂ ਜਸਦੀਪ ਸਿੰਘ ਗਿੱਲ ਉਹਨਾਂ ਦੀ ਰੂਪਰੇਖਾ ਕਿਹੋ ਜਿਹੀ ਹੁੰਦੀ ਹੈ, ਕਿਹੋ ਜਿਹੀ ਦਿੱਖ ਹੋਊਗੀ, ਕਿਹੋ ਜਿਹਾ ਉਹਨਾਂ ਦਾ ਪਹਿਰਾਵਾ ਹੋਊਗਾ, ਇਸ ਨੂੰ ਲੈ ਕੇ ਇੱਕ ਬਹੁਤ ਵੱਡਾ ਸਸਪੈਂਸ ਹੈ ਲੋਕਾਂ ਦੇ ਵਿਚਕਾਰ, ਤਾਂ ਉਹ ਅਸੀਂ ਜ਼ਰੂਰ ਕੋਸ਼ਿਸ਼ ਕਰ ਰਹੇ ਹਾਂ, ਜਿੰਨੇ ਸਾਡੇ ਸੋਰਸ ਨੇ ਅਲੱਗ ਅਲੱਗ ਅਸੀਂ ਸੋਰਸਿਸ ਤੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਮਨਪ੍ਰੀਤ, ਕਿ ਉਹਨਾਂ ਦੀ ਕੋਈ ਪਹਿਲੀ ਤਸਵੀਰ ਨਿਕਲ ਕੇ ਸਾਹਮਣੇ ਆਵੇ, ਤਾਂ ਜੋ ਅਸੀਂ ਆਪਣੇ ਸੰਗਤਾਂ ਆਪਣਾ ਵਿਊਜ਼ ਦੇ ਨਾਲ ਸਾਂਝੇ ਕਰ ਸਕੀਏ, ਔਰ ਜਿਹੜੀ ਸੰਗਤ ਉਹਨਾਂ ਨੂੰ ਇਸ ਵੇਲੇ ਫੋਲੋ ਕਰਦੀ ਹੈ ਉਹਨਾਂ ਤੱਕ ਵੀ ਉਹ ਤਸਵੀਰ ਜਿਹੜੀ ਹੈ ਉਹ ਪਹੁੰਚਾਈ ਜਾਵੇ, ਤਾਂ ਪ੍ਰੋ ਪੰਜਾਬ ਟੀਵੀ ਦੀ ਇਹ ਜ਼ਰੂਰ ਕੋਸ਼ਿਸ਼ ਰਹੂਗੀ ਕਿ ਉਹ ਤਸਵੀਰ ਵੀ ਜਿਹੜੀ ਹੈ ਅਸੀਂ ਆਪਣੇ ਚੈਨਲ ਦੇ ਰਾਹੀਂ ਆਪਣੇ ਮਾਧਿਅਮ ਦੇ ਰਾਹੀਂ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਡੇਰਾ ਬਿਆਸ ਦੇ ਮੁਖੀ ਜਿਹੜੇ ਨੇ ਉਹ ਬਦਲ ਚੁੱਕੇ ਨੇ, ਔਰ ਜਿਵੇਂ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਸੀ ਕਿ ਜੀ ਗਗਨ ਇੱਕ ਸਵਾਲ ਸੀਗਾ ਮੇਰਾ ਕਿ ਜੇ ਜਿਸ ਤਰ੍ਹਾਂ ਹੁਣ ਡੇਰਾ ਮੁਖੀ ਦੇ ਨਵਾਂ ਉੱਤਰਾਧਿਕਾਰੀ ਜਿਹੜੇ ਆ ਉਹ ਲਾ ਦਿੱਤੇ ਗਏ ਹਨ, ਅਤੇ ਜੇ ਬਾਬਾ ਗੁਰਿੰਦਰ ਸਿੰਘ ਹੁਣੀ ਅਗਰ ਸਤਸੰਗ ਦੇ ਵਿੱਚ ਨਹੀਂ ਆਉਂਦੇ, ਸਤਸੰਗ ਨਹੀਂ ਕਰਨ ਆਉਂਦੇ, ਤਾਂ ਸੰਗਤਾਂ ਦੇ ਦਿਲਾਂ ਉੱਤੇ ਇਸ ਦਾ ਅਸਰ ਜਿਹੜਾ ਲੱਗਦਾ ਕਿ ਹੋਊਗਾ, ਕਿਉਂਕਿ ਲੱਖਾਂ ਕਰੋੜਾਂ ਦੀ ਤਾਦਾਦ 'ਚ ਸੰਗਤ ਉੱਥੇ ਜੁੜੀ ਹੋਈ ਆ, ਭਾਵਨਾ ਖਾਸ ਕਰਕੇ ਗੁਰਿੰਦਰ ਸਿੰਘ ਢਿੱਲੋਂ ਨਾਲ ਜੁੜੀਆਂ ਹੋਈਆਂ ਭਾਵਨਾ ਲੋਕਾਂ ਦੀਆਂ? ਦੇਖੋ ਜਦੋਂ ਉਹਨਾਂ ਦੇ ਜਿਹਨਾਂ ਨੂੰ ਉਹ ਫੋਲੋ ਕਰਦੇ ਨੇ ਉਹਨਾਂ ਨੇ ਹੀ ਇਹ ਐਲਾਨ ਕਰ ਦਿੱਤਾ, ਔਰ ਉਹਨਾਂ ਨੇ ਹੀ ਇਹ ਗੱਲ ਕਹਿ ਦਿੱਤੀ ਕਿ ਮੈਂ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਦੇ ਰਿਹਾ, ਤਾਂ ਇਹ ਅਮੂਮਨ ਜੀ ਗੱਲ ਹੈ ਕਿ ਉਹ ਸੰਗਤਾਂ ਨੂੰ ਫੋਲੋ ਕਰਨੀ ਪਊਗੀ, ਜਿਵੇਂ ਇਸ ਤੋਂ ਪਹਿਲਾਂ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਵੇਂ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਜਿਹੋ ਜਿਹਾ ਪਿਆਰ ਜਿਹੋ ਜਿਹਾ ਸਾਥ ਮੈਨੂੰ ਹਜ਼ੂਰ ਮਹਾਰਾਜ ਜੀ ਦੇ ਬਾਅਦ ਮਿਲਿਆ ਔਰ ਪਿਆਰ ਮਿਲਿਆ, ਤਾਂ ਉਸੇ ਤਰੀਕੇ ਦਾ ਮੇਰਾ ਪਿਆਰ ਔਰ ਮੇਰਾ ਸਾਥ ਜਸਦੀਪ ਸਿੰਘ ਗਿੱਲ ਉਹਨਾਂ ਦੇ ਵਾਸਤੇ ਵੀ ਰਹੂਗਾ, ਤਾਂ ਅਮੂਮਨ ਜੀ ਗੱਲ ਹੈ ਕਿ ਜੇਕਰ ਡੇਰੇ ਤੋਂ ਐਲਾਨ ਹੋਇਆ ਤਾਂ ਸੰਗਤਾਂ ਉਸਨੂੰ ਇਨ ਬਿਨ ਉਸੇ ਤਰੀਕੇ ਨਾਲ ਮੰਨਣਗੀਆਂ, ਕਿਉਂਕਿ ਅਕਸਰ ਅਸੀਂ ਵੇਖਿਆ ਕਿ ਜਦੋਂ ਡੇਰੇ ਦੇ ਵਿੱਚ ਵੀ ਬਾਬਾ ਗੁਰਿੰਦਰ ਸਿੰਘ ਹੋਣੀ ਕੋਈ ਪ੍ਰਚਾਰ ਕਰ ਰਹੇ ਹੁੰਦੇ ਨੇ, ਜਦੋਂ ਉੱਥੇ ਨਾਮ ਚਰਚਾ ਕਰ ਰਹੇ ਹੁੰਦੇ ਨੇ ਤਾਂ ਉਦੋਂ ਜਿਹੜੇ ਸ਼ਰਧਾਲੂ ਆਏ ਹੁੰਦੇ ਨੇ ਤਾਂ ਜਿਹੜਾ ਉਹਨਾਂ ਦੇ ਵੱਲੋਂ ਸੁਨੇਹਾ ਲਾਇਆ ਜਾਂਦਾ ਔਰ ਉਸਨੂੰ ਉਹ ਫੋਲੋ ਕਰਦੇ ਨੇ, ਇੱਥੇ ਕੋਈ ਅਜਿਹੀ ਲੜਾਈ ਨਹੀਂ ਹੈ ਕਿ ਇਸ ਦੇ ਵਿੱਚ ਕੋਈ ਹੋਰ ਬੰਦਾ ਖੜਾ ਹੋ ਜਾਵੇ ਜਿਹੜਾ ਕਵੇ ਕਿ ਮੈਂ ਇਸ ਡੇਰੇ ਦੀ ਗੱਦੀ ਦੇ ਉੱਤੇ ਬੈਠਣਾ ਚਾਹੁੰਦਾ। ਅਕਸਰ ਇਹ ਕਈ ਡੇਰੇ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ, ਡੇਰੇ ਦੀ ਗੱਦੀ ਨੂੰ ਲੈ ਕੇ ਸੰਪਰਦਾਵਾਂ ਦੇ ਵਿੱਚ, ਵੱਖ ਵੱਖ ਸੰਪਰਦਾਵਾਂ ਦੀ ਆਪਾਂ ਜੇਕਰ ਗੱਲ ਕਰ ਲਈਏ ਜਾਂ ਕਈ ਡੇਰੇ ਬਣੇ ਹੋਏ ਨੇ, ਕਈ ਆਰਗਨਾਈਜੇਸ਼ਨਸ ਬਣੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਇਹ ਡਿਸਪਿਊਟ ਜ਼ਰੂਰ ਖੜਾ ਹੋ ਜਾਂਦਾ ਹੈ, ਜ਼ਰੂਰ ਕੁਰਸੀ ਨੂੰ ਲੈ ਕੇ ਗੱਦੀ ਨੂੰ ਲੈ ਕੇ ਰੌਲੇ ਪੈ ਜਾਂਦੇ ਨੇ, ਪਰ ਇੱਥੇ ਇੱਕ ਡਿਸਿਪਲਿਨ ਤੌਰ ਦੇ ਉੱਤੇ ਆਪਾਂ ਜ਼ਰੂਰ ਇਸ ਨੂੰ ਸਮਝਾਂਗੇ ਕਿ ਇੱਕ ਲੈਟਰ ਜਿਹੜੀ ਹੈ ਉਹ ਜਾਰੀ ਹੋਈ ਹੈ, ਲੈਟਰ ਜਿਹੜੀ ਹੈ ਉਹ ਆਫਿਸ ਆਫ ਦਾ ਸੈਕਟਰੀ ਦੇ ਵੱਲੋਂ ਸਾਰੇ ਸੇਵਾਦਾਰਾਂ ਦੇ ਇੰਚਾਰਜਾਂ ਨੂੰ ਜਾਰੀ ਹੋਈ ਹੈ ਔਰ ਸੇਵਾਦਾਰਾਂ ਨੇ ਅੱਗੇ ਸੁਨੇਹੇ ਲਾਤੇ ਹੋਣੇ। ਹੁਣ ਤੱਕ ਤਮਾਮ ਜੇਕਰ ਆਪਾਂ ਰਾਜ ਸਵਾਮੀ ਬਿਆਸ ਦੇ ਫੋਲੋਅਰਸ ਦੀ ਗੱਲ ਕਰੀਏ ਤਾਂ ਉਹਨਾਂ ਤੱਕ ਇਹ ਗੱਲ ਪਹੁੰਚ ਵੀ ਗਈ ਹੋਊਗੀ, ਔਰ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਕਿ ਜਿਹੜੇ ਬਿਆਸ ਡੇਰੇ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਵੀ ਚੱਲ ਗਿਆ ਹੋਊਗਾ ਕਿ ਜਸਦੀਪ ਸਿੰਘ ਗਿੱਲ ਹੈ ਕੌਣ, ਤਾਂ ਜਸਦੀਪ ਸਿੰਘ ਗਿੱਲ ਉਹਨਾਂ ਦੇ ਬਾਰੇ ਜ਼ਰੂਰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ, ਤਾਂ ਫੋਟੋ ਵੀ ਆ ਚੁੱਕੀ ਹੈ, ਫੋਟੋ ਵੀ ਆ ਚੁੱਕੀ ਹੈ, ਬਹੁਤ ਜਲਦ ਅਸੀਂ ਤਸਵੀਰ ਜਿਹੜੀ ਹੈ ਉਹ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ। ਮੈਂ ਆਪਣੀ ਟੀਮ ਨੂੰ ਕਹੂੰਗਾ ਕਿ ਉਹ ਤਸਵੀਰ ਜਿਹੜੀ ਹੈ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਿਓ, ਔਰ ਫੋਟੋ ਪਹਿਲੀ ਫੋਟੋ ਪਹਿਲੀ ਤਸਵੀਰ ਜਿਹੜੀ ਹੈ ਉਹ ਨਿਕਲ ਕੇ ਉਹਨਾਂ ਦੀ ਸਾਹਮਣੇ ਆਈ ਹੈ, ਨੀਲੇ ਰੰਗ ਦੀ ਉਹਨਾਂ ਨੇ ਪੱਗ ਬੰਨੀ ਹੋਈ ਹੈ ਔਰ ਹਲਕੀ ਉਹਨਾਂ ਦੀ ਦਾੜੀ ਤੇ ਮੁੱਛ ਹੈ, ਤਾਂ ਉਹ ਤਸਵੀਰ ਵੀ ਜਿਹੜੀ ਹੈ ਉਹ ਅਸੀਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਕੋਸ਼ਿਸ਼ ਕਰ ਰਿਹਾ ਕਿ ਉਮਰ ਕਿੰਨੀ ਗਗਨ ਲੱਗ ਰਹੀ ਉਹਨਾਂ ਦੀ ਉਮਰ ਦਾ ਅੰਦਾਜ਼ਾ? ਨੌਜਵਾਨ
ਨੌਜਵਾਨ ਉਮਰ ਜਿਹੜੀ ਹੈਗੀ ਹੈ ਲੱਗ ਰਹੀ ਹੈ 40 ਸਾਲ ਦੀ ਉਮਰ ਜਿਹੜੀ ਹੈ ਉਹ ਇਹਨਾਂ ਦੀ ਨਜ਼ਰ ਆ ਰਹੀ ਹੈ। ਤਾਂ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਅਮਨਪ੍ਰੀਤ ਕਿ ਜਿਵੇਂ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ ਡੇਰਾ ਜੇ ਮੁਖੀ ਆਪਾਂ ਗੁਰਿੰਦਰ ਸਿੰਘ ਢਿਲੋਂਆਂ ਦੀ ਗੱਲ ਕਰ ਲਈਏ ਤਾਂ 1990 ਦੇ ਵਿੱਚ ਇਹਨਾਂ ਨੇ ਇਹ ਗੱਦੀ ਜਿਹੜੀ ਸੀਗੀ ਉਹ ਸਾਂਭੀ ਸੀਗੀ ਇਹ ਗੱਦੀ ਨੂੰ ਜਿਹੜਾ ਹੈ ਉਹਨਾਂ ਨੇ ਸਾਂਭਿਆ ਸੀਗਾ ਔਰ ਕੁਛ ਸਾਲ ਪਹਿਲਾਂ ਹੀ ਜਿਹੜਾ ਹੈ ਇਹਨਾਂ ਨੂੰ ਕੈਂਸਰ ਡਿਟੈਕਟ ਹੋਇਆ ਸੀ ਤਾਂ ਇੱਕ ਜਿਹੜੀ ਇਸ ਵੇਲੇ ਇਹ ਬਿਮਾਰੀ ਤੋਂ ਜੂਝ ਰਹੇ ਨੇ ਉਸਦੇ ਕਾਰਨ ਵੀ ਆਪਾਂ ਸੋਚ ਸਕਦੇ ਹਾਂ ਕਹਿ ਸਕਦੇ ਹਾਂ ਕਿ ਇਹ ਫੈਸਲਾ ਜਿਹੜਾ ਹੈ ਉਹਨਾਂ ਦੇ ਵੱਲੋਂ ਲਿਆ ਗਿਆ ਹੋਊਗਾ ਤਾਂ ਕੁਛ ਸਾਲ ਪਹਿਲਾਂ ਕੈਂਸਰ ਤੋਂ ਜਿਹੜਾ ਹੈ ਇਸ ਇਹਨਾਂ ਨੂੰ ਇਸ ਵੇਲੇ ਇਸ ਹੋਇਆ ਸੀ ਔਰ ਤਸਵੀਰ ਜਿਹੜੀ ਹੈ ਉਹ ਇਸ ਵੇਲੇ ਨਿਕਲ ਕੇ ਸਾਹਮਣੇ ਆ ਗਈ ਹੈ ਅਸੀਂ ਆਪਣੀ ਟੀਮ ਨੂੰ ਕਵਾਂਗੇ ਕਿ ਤਸਵੀਰ ਜਲਦ ਚਲਾਈ ਜਾਵੇ ਔਰ ਫਿਰ ਅਸੀਂ ਚਰਚਾ ਜਿਹੜੀ ਹੈਗੀ ਆ ਉਹ ਤਸਵੀਰ ਦੇ ਉੱਤੇ ਵੀ ਜ਼ਰੂਰ ਕਰਾਂਗੇ। ਤਾਂ 1 ਅਗਸਤ 1954 ਦੇ ਵਿੱਚ ਮੋਗਾ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਉਹਨਾਂ ਦਾ ਜਨਮ ਹੋਇਆ ਸੀ ਔਰ ਜੇਕਰ ਅੱਜ ਉਹਨਾਂ ਦੇ ਆਪਾਂ ਉਮਰ ਦੀ ਗੱਲ ਕਰੀਏ ਤਾਂ ਇਸ ਵੇਲੇ 68 ਸਾਲ ਦੀ ਉਹਨਾਂ ਦੀ ਉਮਰ ਹੋ ਚੁੱਕੀ ਹੈ ਔਰ ਜਸਦੀਪ ਸਿੰਘ ਗਿੱਲ ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਵੀ ਸਾਡੇ ਕੋਲ ਪਹੁੰਚ ਚੁੱਕੀ ਹੈ ਔਰ ਉਹ ਤਸਵੀਰ ਵੀ ਜਿਹੜੀ ਹੈ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਇਹਨਾਂ ਦੇ ਬੈਕਗਰਾਉਂਡ ਬਾਰੇ ਇਹਨਾਂ ਦੇ ਬਾਇਓਡਾਟਾ ਬਾਰੇ ਵੀ ਜ਼ਰੂਰ ਪੜ੍ਹਨਾ ਚਾਹੂੰਗਾ। ਜਸਦੀਪ ਸਿੰਘ ਗਿੱਲ ਚੀਫ ਸਟ੍ਰੈਟਜੀ ਆਫਿਸਰ ਨੇ ਤੇ ਸੀਨੀਅਰ ਮੈਨੇਜਮੈਂਟ ਸਿਪਲਾ ਕੰਪਨੀ ਇੱਕ ਦਵਾਈਆਂ ਦੀ ਇਹ ਕੰਪਨੀ ਹੈ ਐਂਟਰਪ੍ਰੀਨਿਓਰ ਨੇ ਔਰ ਇਹਨਾਂ ਨੇ 2019 ਦੇ ਵਿੱਚ ਸਿਪਲਾ ਜਿਹੜੀ ਕੰਪਨੀ ਹੈ ਉਹ ਜੁਆਇਨ ਕੀਤੀ ਸੀ ਚੀਫ ਸਟ੍ਰੈਟਜੀ ਆਫਿਸਰ ਦੇ ਵੱਲੋਂ ਤੇ ਇਹ ਐਥਰਿਸ ਤੇ ਅਚੀਰਾ ਲੈਬਸ ਪ੍ਰਾਈਵੇਟ ਲਿਮਿਟਿਡ ਦੇ ਬੋਰਡ ਆਬਜ਼ਰਵਰ ਵੀ ਨੇ ਤੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਇਹਨਾਂ ਨੇ PhD ਕੀਤੀ ਹੋਈ ਹੈ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਯੂਨੀਵਰਸਿਟੀ ਆਫ ਕੈਂਬਰਿਜ ਤੋਂ ਐਂਡ ਮਾਸਟਰਸ ਡਿਗਰੀ ਇਨ ਕੈਮੀਕਲ ਇੰਜੀਨੀਅਰਿੰਗ ਫਰੋਮ ਮਾਸਟਰ ਇੰਜੀਨੀਅਰਿੰਗ ਕੀਤੀ ਹੋਈ ਹੈ ਤੇ ਇਹਨਾਂ ਨੇ ਆਪਣੀ ਮਾਸਟਰ ਤਾਂ ਕੀਤੀ ਹੋਈ ਹੈ ਬੈਚਲਰ ਤੇ ਮਾਸਟਰਸ ਡਿਗਰੀ ਜਿਹੜੀ ਇਹਨਾਂ ਦੇ ਵੱਲੋਂ ਦਿੱਲੀ ਤੋਂ ਕੀਤੀ ਗਈ ਹੈ। ਤਾਂ ਇਹ ਜਿਹੜੀ ਹੈ ਇਹਨਾਂ ਦੇ ਬਾਰੇ ਇਸ ਵੇਲੇ ਦੀ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਹੈ। ਤਾਂ ਨਵੇਂ ਜਿਹੜੇ ਇਹਨਾਂ ਦੇ ਉੱਤਰ ਅਧਿਕਾਰੀ ਹੋਣਗੇ ਉਹ ਜਸਦੀਪ ਸਿੰਘ ਗਿੱਲ ਨੇ ਜਸਦੀਪ ਸਿੰਘ ਗਿੱਲ ਉਹਨਾਂ ਦੀ ਇਹ ਜਿਹੜੀ ਜਾਣਕਾਰੀ ਹੈ ਨਿਕਲ ਕੇ ਸਾਹਮਣੇ ਆ ਚੁੱਕੀ ਹੈ। ਤਾਂ ਜਿਵੇਂ ਇਹਨਾਂ ਦੇ ਦੋ ਤੁਹਾਨੂੰ ਪਤਾ ਹੋਊਗਾ ਕਿ ਨਾਲ ਨਾਮ ਜੁੜੇ ਸੀਗੇ ਦਵਾਈਆਂ ਦੀ ਕੰਪਨੀ ਰਣਵੈਕਸੀ ਕੰਪਨੀ ਦੇ ਵਿੱਚ ਇਹਨਾਂ ਦੇ ਭਤੀਜਿਆਂ ਦਾ ਨਾਮ ਸੀਗੇ ਤਾਂ ਉਸੇ ਦੇ ਵਿੱਚ ਹੀ ਲੱਗਦਾ ਕਿ ਅੱਗੇ ਇਹਨਾਂ ਦੇ ਜਿਹੜੇ ਨੇ ਉਹ ਰਿਲੇਟਿਵ ਹੋ ਸਕਦੇ ਨੇ। ਤਾਂ IIT ਦਿੱਲੀ ਤੋਂ ਇਹਨਾਂ ਨੇ BTEC ਤੇ MTEC ਕੀਤੀ ਹੋਈ ਹੈ ਜਸਦੀਪ ਸਿੰਘ ਗਿੱਲ ਉਹਨਾਂ ਨੇ। ਤਾਂ ਕੈਂਬਰਿਜ ਯੂਨੀਵਰਸਿਟੀ ਤੋਂ PhD ਕੀਤੀ ਹੋਈ ਹੈ PhD ਸਕਾਲਰ ਨੇ ਔਰ ਨਾਲ ਹੀ 2019 ਤੋਂ ਸਿਪਲਾ ਕੰਪਨੀ ਦੇ ਨਾਲ ਇਹ ਜੁੜੇ ਹੋਏ ਨੇ। ਸਿਪਲਾ ਕੰਪਨੀ ਦਾ ਜਿਹੜਾ ਹੈ ਉਸ ਦੇ ਵਿੱਚ ਇਹ ਜੁੜੇ ਹੋਏ ਨੇ ਜਸਦੀਪ ਸਿੰਘ ਜਿਹੜੇ ਗਿੱਲ ਨੇ। ਤਾਂ ਜਿਵੇਂ ਅਸੀਂ ਕਹਿ ਰਹੇ ਸੀ ਕਿ ਅਸੀਂ ਪ੍ਰੋ ਪੰਜਾਬ TV ਦੇ ਉੱਤੇ ਹੀ ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਹੈ ਉਹ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਉਹੀ ਜਾਣਕਾਰੀ ਜਿਹੜੀ ਹੈ ਉਹ ਇਸ ਵੇਲੇ ਅਸੀਂ ਪਹੁੰਚਾਈਏ ਕਿ ਜਸਦੀਪ ਸਿੰਘ ਗਿੱਲ ਹੋਣੀ ਜਿਹੜੇ ਨੇ ਉਹ ਸਿਪਲਾ ਦੇ ਵਿੱਚ ਚੀਫ ਸਟ੍ਰੈਟਜੀ ਆਫਿਸਰ ਨੇ ਔਰ ਸੀਗੇ ਔਰ 15 ਮਈ 2024 ਦੇ ਵਿੱਚ ਉਹਨਾਂ ਨੇ ਸਟੈਪ ਡਾਊਨ ਕਰਤਾ ਸੀ ਯਾਨੀ ਕਿ ਉਹਨਾਂ ਨੇ ਇੱਥੋਂ ਦੀ ਅਸਤੀਫਾ ਦੇ ਦਿੱਤਾ ਸੀਗਾ। ਯਾਨੀ ਕਿ ਜੇ 15 ਮਈ ਮਹੀਨੇ ਦੇ ਵਿੱਚ ਉਹਨਾਂ ਨੇ ਸਟੈਪ ਡਾਊਨ ਕੀਤਾ ਤਾਂ ਹੁਣ ਤੁਸੀਂ ਦੇਖ ਲਓ ਮਈ ਤੋਂ ਬਾਅਦ ਜੂਨ ਜੁਲਾਈ ਔਰ ਅਗਸਤ 3 ਮਹੀਨੇ ਜਿਹੜੇ ਨੇ ਉਹ ਬੀਤਣ ਤੋਂ ਬਾਅਦ ਅੱਜ 2 ਤਰੀਕ ਨੂੰ ਉਹਨਾਂ ਨੂੰ ਜਿਹੜਾ ਹੈ ਇਹ ਗੱਦੀ ਦੇ ਦਿੱਤੀ ਗਈ ਹੈ ਯਾਨੀ ਕਿ 3 ਮਹੀਨੇ ਦੇ ਵਿੱਚ। ਔਰ ਏਦਾਂ ਤਾਂ ਹੈ ਨੀ ਕਿ ਇਹ ਫੈਸਲਾ ਹੁਣੇ ਤੁਰੰਤ ਪ੍ਰਭਾਵ ਦੇ ਨਾਲ ਸੁਣਾ ਦਿੱਤਾ ਗਿਆ ਹੋਊਗਾ। ਲੰਬੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਹੋਣਗੀਆਂ ਔਰ
ਲੰਬੇ ਸਮੇਂ ਤੋਂ ਚਰਚਾਵਾਂ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੋਊਗਾ ਔਰ ਹੁਣ ਇਹ 3 ਮਹੀਨੇ ਬਾਅਦ ਇਹ ਪੂਰਾ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਜਿਹੜਾ ਹੈ ਉਹ ਜਿਹੜੀ ਗੱਦੀ ਆ ਉਹ ਦੇ ਦਿੱਤੀ ਗਈ ਹੈ। ਤਾਂ ਜਸਦੀਪ ਸਿੰਘ ਗਿੱਲੋਣੀ ਜਿਹੜੇ ਨੇ ਉਹ ਨਵੇਂ ਇਸ ਵੇਲੇ ਡੇਰਾ ਮੁਖੀ ਬਿਆਸ ਦੇ ਜਿਹੜੇ ਨੇ ਉਹ ਪ੍ਰਧਾਨ ਹੈੱਡ ਹੋਣਗੇ। ਨਵੀਂ ਗੱਦੀ ਜਿਹੜੀ ਹੈ ਉਹਨਾਂ ਨੂੰ ਦੇ ਦਿੱਤੀ ਗਈ ਹੈ ਔਰ ਡੇਰਾ ਮੁਖੀ ਦੇ ਨਵੇਂ ਜਿਹੜੇ ਨੇ ਉਹ ਉਹਨਾਂ ਨੂੰ ਸਥਾਪਿਤ ਕਰ ਦਿੱਤਾ ਗਿਆ। ਜੀ ਅਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਜਾਣਕਾਰੀ ਲਈ। ਗਗਨ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਡੇਰਾ ਬਿਆਸ ਨੂੰ ਲੈ ਕੇ ਤਾਂ ਡੇਰਾ ਬਿਆਸ ਦਾ ਮੁਖੀ ਬਦਲ ਦਿੱਤਾ ਗਿਆ, ਜਸਦੀਪ ਸਿੰਘ ਗਿੱਲ ਹੋਣਾ ਨੂੰ ਡੇਰਾ ਬਿਆਸ ਦਾ ਮੁਖੀ ਲਗਾ ਦਿੱਤਾ ਗਿਆ। ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਦੇ ਵੱਲੋਂ ਇਹ ਜਾਣਕਾਰੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ, ਆਫੀਸ਼ੀਅਲ ਤੌਰ 'ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ।